ਪੰਜਾਬ ਦੇ ਵਿੱਚ ਜਿਹੜੀ ਗੰਨੇ ਦੀ ਫਸਲ ਹੈ ਇਹਨੂੰ ਕੈਸ਼ ਕ੍ਰੌਪ ਕਹਿੰਦੇ ਆ। ਜਦੋਂ ਇਸ ਵੇਲੇ ਜਿੰਨੀਆਂ ਕੋਆਪਰੇਟਿਵ ਅਤੇ ਪ੍ਰਾਈਵੇਟ ਮਿੱਲਾਂ ਦੀ ਕ੍ਰਸ਼ਿੰਗ ਕਪੈਸਿਟੀ ਹੈ ਉਸ ਅਨੁਸਾਰ ਪਿਛਲੇ ਸਮੇਂ ਦੇ ਵਿੱਚ 60 ਲੱਖ ਟਨ ਦੇ ਕੋਲ ਗੰਨਾ ਪੀੜਿਆ ਗਿਆ। ਹਾਲੇ ਵੀ ਇਹਦੇ ਵਿੱਚ ਬਹੁਤ ਸਾਰਾ ਮਾਰਜਨ ਹੈਗਾ। ਜੇ ਅਸੀਂ ਦੇਸ਼ ਦੀਆਂ ਵੱਖ ਵੱਖ ਸਟੇਟਾਂ ਵੱਲ ਵੇਖਿਆ ਜਾਵੇ ਤਾਂ ਹਾਲੇ ਵੀ ਪੰਜਾਬ ਤੋਂ 6-7 ਸਟੇਟਾਂ ਪ੍ਰਤੀ ਏਕੜ ਗੰਨੇ ਦੀ ਪੈਦਾਵਾਰ ਤੋਂ ਉੱਤੇ ਹਨ। ਸਾਨੂੰ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨਾ, ਪ੍ਰਾਈਵੇਟ ਤੌਰ 'ਤੇ ਤਾਂ ਹੋ ਰਿਹਾ ਹੈ ਬਟ ਸੰਗਠਿਤ ਤੌਰ ਦੇ ਉੱਤੇ ਸਰਕਾਰ ਨੂੰ, ਜਿਸ ਤਰ੍ਹਾਂ ਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਰਾਹੀਂ ਗੰਨਾ ਅਨੁਸੰਧਾਨ ਕੇਂਦਰ ਅਤੇ ਗੰਨਾ ਪ੍ਰੋਸੈਸਿੰਗ ਲਈ ਜਿਹੜੀਆਂ ਨਵੀਆਂ ਤਕਨੀਕਾਂ ਦੀ ਜ਼ਰੂਰਤ ਆ ਉਹਨੂੰ ਪੰਜਾਬ ਵਿੱਚ ਹੋਰ ਫੈਲਾਉਣ ਦੀ ਜ਼ਰੂਰਤ ਆ, ਕਿਉਂਕਿ ਇਹ ਇੱਕ ਕੈਸ਼ ਕ੍ਰੌਪ ਹੋਣ ਦੇ ਨਾਲ ਨਾਲ ਕਿਸਾਨੀ ਨੂੰ ਲਾਹੇਵੰਦਾ ਬਣਾਉਣ ਲਈ ਅਹਿਮ ਯੋਗਦਾਨ ਪਾ ਸਕਦਾ।